बिस्मिल्लाज रहमान इराहीम असल वालेकुम दोस्तों उम्मीद है सब दोस्त सब भाई खैरियत नोल देते दोस्तों माशाल्लाह जी चार टॉप क्लास कलास दिया वीडियो लैके आए हैं जी इन दोस्तों दे जानवर। दोस्तों पसंद आवर दो जानवर अच्छे लगन वीडियो लाइक कर देनी हो सके शेयर कर देनी दोस्तों पहले नंबर ते वैड है सुई है थले वी रैड फ्रीजी ਬਹੁਤ ਵੱਡੇ ਕੱਦ ਦੀ ਹੈ ਦੁੱਧ ਚੰਗਾ ਹੈ 35 ਲੀਟਰ ਦੁੱਧ ਦੇਣ ਵਾਲੀ ਗਾਂ ਦੀ ਲੋਕੇਸ਼ਨ ਜ਼ਿਲ੍ਹਾ ਸਰਗੋਦਾ ਹੈ ਭਾਈ ਅਜਮਲ ਦੇ ਫਾਰਮ ਤੇ ਖੁਰਮੁਰਾਂ ਦੇ ਫਾਰਮ ਤੇ ਇਹ ਜਾਨਵਰ ਮੌਜੂਦ ਹੈ ਇਸ ਤੋਂ ਇਲਾਵਾ 10-12 ਗਾਵਾਂ ਮੌਜੂਦ ਨੇ ਲੇਕਿਨ ਇਸ ਵੀਡੀਓ 'ਚ ਇਨਸ਼ਾਅੱਲਾ 4 ਗਾਵਾਂ ਤੋਂ ਅੰਦਖਾਂ ਦੇ ਉਹਨਾਂ ਦੀ ਮੁਕੰਮਲ ਡਿਟੇਲ ਵੀ ਦਿਆਂਦੇ ਮਜ਼ੀਦ ਮਾਲੂਮਾਤ ਅਸੀਂ ਸਕਰੀਨ ਤੇ WhatsApp ਨੰਬਰ ਦੇ ਦਿੱਤਾ ਹੈ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵੈਡ ਹੈ ਦੀ ਡਿਮਾਂਡ ਦੋਸਤੋ ਕਰਨ ਤੇ 7 ਲੱਖ 50 ਹਜ਼ਾਰ ਕਰ ਸਕਦੇ ਨੇ ਲੇਕਿਨ ਮਕੂਲ ਤੇ ਜਾਇਜ਼ ਦੀ ਡਿਮਾਂਡ ਜਿਹੜੀ ਦੋਸਤੋ 5 ਲੱਖ 80 ਹਜ਼ਾਰ ਦੀ ਹੈ WhatsApp ਨੰਬਰ ਦਿੱਤੇ ਹੈ ਤੁਸੀਂ ਅਜਮਲ ਭਾਈ ਨਾਲ رابطہ ਕਰ ਸਕਦੇ ਹੋ WhatsApp ਤੇ ਕਾਲ ਕਰ ਸਕਦੇ ਹੋ मौके ਤੇ ਜਾ ਕੇ ਚੈੱਕ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਜੀ ਪੂਰਾ ਨਜ਼ਾਮ ਹੈ ਉਹਨਾਂ ਕੋਲ ਜੀ ਰਹਿائش ਦੀ ਸਹੂਲਤ ਹੈ ਜਿਹੜਾ ਬੰਦਾ ਜਾਏ ਉੱਥੇ ਰਹਿ ਸਕਦਾ ਹੈ ਖਾਣਾ ਪੀਣਾ ਰਹਿਸ਼ ਦੇਣ ਦੇ ਠੀਕ ਹੈ ਟ੍ਰਾਂਸਪੋਰਟ ਦੀ ਸੂਰਤ ਦੇਣ ਦੇ ਇਨਸ਼ਾਅੱਲਾ ਜੀ ਡਿਲੀਵਰੀ ਦੀ ਸਹੂਲਤ ਦੇਣ ਦੇ ਜੀ ਉਸ ਤੋਂ ਬਾਅਦ ਦੋਸਤੋ ਦੂਸਰੇ ਨੰਬਰ ਤੇ ਇੱਕ ਹੋਰ ਵੜਿਆ ਵਿਸੂਈ ਹੈ ਇਸ ਵੀਡੀਓ ਵਿੱਚ ਦੋਸਤੋ ਚਾਰ ਜਾਨਵਰਾਂ ਦੀ ਤੁਹਾਨੂੰ ਡਿਟੇਲ ਵੀ ਦਿਆਂਦੇ ਚਾਰ ਜਾਨਵਰ ਦਿਖਾਉਂਦੇ ਦੋ ਗਾਵਾਂ ਸੂਈਆਂ ਨੇ ਦੋ ਗਾਵਾਂ ਸੋਣ ਵਾਲੀਆਂ ਨੇ ਇਸ ਤੋਂ ਇਲਾਵਾ ਵੀ ਉਹਨਾਂ ਕੋਲ ਜਾਨਵਰ ਮੌਜੂਦ ਨੇ ਫਿਲਹਾਲ ਉਹ ਚਾਰ ਜਾਨਵਰ ਵੀਡੀਓ 'ਚ ਲਾ ਰਹੇ ਨੇ ਕੁਝ ਜਾਨਵਰ ਉਹਨਾਂ ਕੋਲ ਕੱਚੀਆਂ ਗਾਵਾਂ ਹੁੰਦੀਆਂ ਨੇ ਦੋਸਤੋ ਕੁਝ ਸੂਈਆਂ ਹੁੰਦੀਆਂ ਨੇ ਕੁਝ ਗੱਬਣਾਉਂਦੀਆਂ ਇਹ ਵੜ ਸੂਈ ਹੈ ਮਾਸ਼ਾਅੱਲਾ ਦੋਸਤੋ ਵੱਡੇ ਕੱਦ ਬੋਦੀ ਏ ਵੱਡਾ ਜਾਨਵਰ ਹੈ ਦੋਸਤੋ ਮਾਸ਼ਾਅੱਲਾ ਜੀ ਅੱਛਾ ਜਾਨਵਰ ਹੈ 33 35 ਲੀਟਰ ਦੁੱਧ ਦੇ ਮਜ਼ੀਦ ਦੋਸਤੋ ਮਾਸ਼ਾਅੱਲਾ ਜਿਹੜੇ ਦੋਸਤ ਦੇਖ ਰਹੇ ਨੇ ਨਸਲਾਂ ਚੀਜ਼ਾਂ ਨੂੰ ਸਮਝਦੇ ਨੇ ਇਨਸ਼ਾਅੱਲਾ ਦੇਖ ਕੇ ਸਮਝ ਜਾਣ ਦੇ ਜਾਨਵਰ ਕੀ ਨੇ ਚੀਜ਼ਾਂ ਕੀ ਨੇ ਬਾਕੀ ਦੋਸਤੋ ਮੌਕੇ ਤੇ ਜਾ ਸਕਦੇ ਹੋ ਤਸੱਲੀ ਕਰ ਸਕਦੇ ਹੋ ਜਾਨਵਰ ਦਾ ਟੋਕਨ ਬਿਆਨਾ ਕਰਕੇ ਜਾਨਵਰ ਪਵੰਦ ਕਰ ਸਕਦੇ ਹੋ ਜੀ ਠੀਕ ਹੈ ਇਨਸ਼ਾਅੱਲਾ ਇਨਸ਼ਾਅੱਲਾ ਉਮੀਦ ਹੈ ਦੋਸਤਾਂ ਨੂੰ ਜਾਨਵਰ ਪਸੰਦ ਆਣਦੇ ਦੋਸਤੋ ਜਿਹੜੀ ਗਾਂ ਹੈ ਦੂਸਰੇ ਨੰਬਰ ਤੇ ਤੁਹਾਨੂੰ ਇਹ ਹੈ HF ਜਿਹੜੀ ਇਹ ਹੋਲਸਟਨ ਫਰੀਜ਼ੀਆਂ ਨੇ ਇਹ ਦਿਖਾ ਰਹੇ ਹਾਂ ਇਹ ਵੀ ਸੂਈ ਹੈ ਠੀਕ ਹੈ ਇਹਦੀ ਜਿਹੜੀ ਕੀਮਤ ਹੈ ਡਿਮਾਂਡ ਹੈ ਉਹ 5.5 ਲੱਖ ਰੁਪਏ ਆ ਜੀ ਮਾਸ਼ਾਅੱਲਾ ਬਹੁਤ ਸਟਰੋਂਗ ਬਾਡੀ ਵਾਲਾ ਜਾਨਵਰ ਹੈ ਮਾਸ਼ਾਅੱਲਾ ਜੀ ਅੱਛਾ ਜਾਨਵਰ ਜੀ ਬਾਡੀ ਸਟਰਕਚਰ ਅੱਛਾ ਬੈਡ ਕੋਲੀ ਬਾਕੀ ਦੋਸਤੋਂ ਹੁਣ ਤੋਂ ਅੰਦੋ ਗੱਬੜ ਜਾਨਵਰ ਦਿਖਾਉਂਦੇ ਜੀ ਬਾਕੀ ਲਿਬਾਸ ਥੱਬਿਆਂ ਦੇ ਚੱਡੇ ਜੀ ਵੱਡੀਆਂ گاਵਾਵਾਂ ਪਾਰੀਆਂ ਬੋਡੀਆਂ ਮੋਨੀਆਂ ਜੀ ਮਾਸ਼ਾਅੱਲਾ ਜੀ ਥਾਂ ਨੇ ਚੰਗੇ ਪਾਵਰ ਹਲੇ ਜੀ बाडी चंकी स्ट्रक्चर चंगे जी चीज़ अच्छी माशाल्लाह जी अच्छे तो अच्छे जानवर ने जी पूरा माशा निज़ाम ने सेटअप ने जी दोस्तों दो वैट चेक करो जी दूसरा सुबह गब्बर ने हफ्ता लै जे दस दिन लै जे माशाल्लाह जी, जी। आज सूप पवे जी लेकिन तैयारी माशाल्लाह वैट फोल की अभी भी थलू कच्ची है हो सकता है कुछ दिन लै जाने ने वैट ने माशाल्लाह जी दोस्तों दो कीमत है जी डिमांड है छे लाख रुपया जी ਬਾਕੀ ਹੈ ਵੈਡ ਹੈ ਮਾਸ਼ਾਅੱਲਾ ਦੋਸਤੋ ਇਹ ਉਸ ਤੋਂ ਵੀ ਵਾਧੂ ਹੈ ਜੀ ਤੇ ਮਾਸ਼ਾਅੱਲਾ ਜੀ ਬਹੁਤ ਡਬਲ weight ਜਾਨਵਰ ਡਬਲ ਬਾਡੀ ਵਾਲਾ ਜਾਨਵਰ ਹੈ ਜੀ ਟਾਪ ਕਲਾਸ ਦੀ ਵੈਡ ਹੈ ਮਾਸ਼ਾਅੱਲਾ ਜੀ ਬਾਡੀ ਸਟਰਕਚਰ ਚੰਗਾ ਹੈ ਮਾਸ਼ਾਅੱਲਾ ਬਹੁਤ ਅੱਛਾ ਜਾਨਵਰ ਹੈ ਦੋਸਤੋ ਦੂਸਰੀ ਦੀ ਕੀਮਤ ਜਿਹੜੀ ਉਹ ਵੀ 6 ਲੱਖ ਰੁਪਏ ਹੈ ਦੂਸਰਾ ਵਾਰ ਹੈ ਸੋਨਾ ਲਈਏ ਕੋਈ ਦੋ ਸਿੱਖ ਜਾਨਵਰ ਲੈਣਾ ਚਾਹਦਾ ਹੋਵੇ ਕੋਈ ਦੋ ਲੈਣਾ ਚਾਹਦਾ ਹੋਵੇ ਕੋ ਤਿੰਨ ਲੈਣਾ ਚਾਹਦਾ ਹੋਵੇ ਕੋ ਚਾਰ ਲੈਣਾ ਚਾਹਦਾ ਹੋਵੇ ਕੋ 10 ਜਾਨਵਰ ਲੈਣਾ ਚਾਹਦਾ ਹੋਵੇ ਜਿਸ ਤਰ੍ਹਾਂ ਦਾ ਜਾਨਵਰ ਚਾਹੀਦਾ ਹੋਵੇ ਤੁਸੀਂ ਰਾਬਤਾ ਕਰ ਸਕਦੇ ਹੋ ਅਜਮਲ ਨਾਲ ਕਰਮ ਭਾਈ ਨਾਲ ਉਹ ਤੁਹਾਨੂੰ ਜਾਨਵਰ ਦੇਣ ਦੇ ਆਪਣੇ ਕੋਲ ਨਾ ਹੋਇਆ ਲੈ ਕੇ ਦੇ ਦੇਣ ਦੇ ਅੱਛੀ ਕੀਮਤ ਦੇ ਮناسب ਕੀਮਤ ਦੇ ਉਹ ਅੱਛਾ ਜਾਨਵਰ ਦੁੱਧ ਵਾਲੇ ਜਾਨਵਰ ਇਨਸ਼ਾ ਅੱਲਾ ਜੀ ਮਾਸ਼ਾ ਅੱਲਾ ਜੀ ਅੱਲਾ ਪਾਕੇ ਦੀ ਜ਼ਿੰਦਗੀ ਕਰੇ ਜੀ ਬਹੁਤ ਅੱਛਾ ਜਾਨਵਰ ਜੀ ਤੇ ਵੱਡੀਆਂ ਗਾਵਾਂ ਨੇ ਦੋਸਤੋ ਫਿਰ ਪਾਰੀਆਂ ਗਾਵਾਂ ਨੇ ਤੇ ਵੱਡੇ ਜਾਨਵਰ ਐ ਦੋਸਤੋ ਉਹ ਦੋਸਤੋ ਇمپੋਰਟ ਕਰੀਏ ਤੇ 8 8 5 8 ਲੱਖ ਦੀ ਇੱਕੇ ਗਾਂ ਆ ਰਹੀ ਏ ਤੇ ਉਹ ਵੀ ਪਹਿਲਣ ਵચ્છી ਤਿੰਨ ਤਿੰਨ ਚਾਰ ਚਾਰ ਮਹੀਨੇ ਦੀ ਗੱਬਣ 6 6 ਮਹੀਨੇ ਪਹਿਲੇ ਪੈਸੇ ਦੇਣੇ ਨੇ 6 ਮਹੀਨੇ ਬਾਦ ਉਹ ਆਂਦੀ ਏ ਫਿਰ 6 6 ਮਹੀਨੇ ਉਹਨਾਂ ਤੁਸੀਂ ਕੇਅਰ ਕਰਨੀ ਏ ਫਿਰ ਉਸ ਬਾਅਦ ਪਤਾ ਨਹੀਂ ਕੋ ਚੰਗੀ ਨਿਕਲੇ ਦੀ ਮਾੜੀ ਨਿਕਲੇ ਦੀ ਕੀ ਹੂਵੇਦਾ ਜੀ ਮਤਲਬ ਤੁਸੀਂ 8 10 ਲੈਂਡ ਦੇਓ 1 2 ਲੱਭਦੀ ਵੀ ਨਹੀਂ 8 10 ਇਨਸ਼ਾਅੱਲਾ ਜੇ ਅੱਛੇ ਜਾਨਵਰ ਨੇ ਤੁਸੀਂ ਰਾਬਤਾ ਕਰ ਸਕਦੇ ਹੋ ਅਜਮਨ ਭਾਈ ਨਾਲ ਦੀ ਲੋਕੇਸ਼ਨ ਜ਼ਿਲ੍ਹਾ ਸਰਗੋਦਾ ਸਾਲਮ ਇੰਟਰਚੇਂਜ ਬਲਵਾਲ 18 ਨਹਿਰਪੁਲ ਜੀ ਅਸਲਾਮੁਅਲੈਕਮ